ਯੈਸ ਬੱਚੇ, 8th ਕਲਾਸ ਸਟੂਡੈਂਟਸ, ਰੱਬ ਦੀ ਪੌੜੀ ਚੈਪਟਰ ਆਪਾਂ ਰੀਡਿੰਗ ਕੰਪਲੀਟ ਕਰ ਚੁੱਕੇ ਹਾਂ। ਰੱਬ ਦੀ ਪੌੜੀ ਨਿਊਯਾਰਕ ਦੀ ਐਮਪਾਇਰ ਸਟੇਟ ਬਿਲਡਿੰਗ ਨੂੰ ਕਿਹਾ ਗਿਆ ਹੈ। ਇਹ ਕਿਹਨਾਂ ਨੇ ਕਿਹਾ, ਕੋਈ ਦੱਸ ਸਕਦਾ ਰੱਬ ਦੀ ਪੌੜੀ ਕਿਸ ਵੱਲੋਂ ਨਾਮ ਰੱਖਿਆ ਗਿਆ? ਯੈਸ, ਚੈਪਟਰ ਰੀਡ ਕੀਤਾ ਤੁਸੀਂ? ਵੈਰੀ ਗੁੱਡ। ਹਾਂਜੀ ਅੰਸ਼ਿਕਾ, ਲੇਖਕ ਨੇ ਐਮਪਾਇਰ ਸਟੇਟ ਬਿਲਡਿੰਗ ਨੂੰ ਰੱਬ ਦੀ ਪੌੜੀ ਕਿਹਾ ਹੈ ਕਿਉਂਕਿ ਇਹ ਬਹੁਤ ਉੱਚੀ ਹੈ। ਨੋ 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 ਨੋ, ਲੇਖਕ ਨੇ ਨਹੀਂ ਕਿਹਾ, ਚੈਪਟਰ ਦਾ ਨਾਮ ਰੱਬ ਦੀ ਪੌੜੀ ਹੈ। ਪਰ ਚੈਪਟਰ ਜਦੋਂ ਰੀਡ ਕਰਦੇ ਆ ਨਾ, ਲੇਖਕ ਤਾਂ ਦੇਖਦਾ ਕਿ ਰੱਬ ਦੀ ਪੌੜੀ ਕਿਉਂ ਕਿਹਾ ਗਿਆ। ਚੈਪਟਰ ਦੇ ਵਿੱਚ ਨਾਮ ਆਇਆ ਕਿ ਜਿਨ੍ਹਾਂ ਨੇ ਇਹਨੂੰ ਰੱਬ ਦੀ ਪੌੜੀ ਕਿਹਾ, ਉਹ ਕਿਹਨਾਂ ਨੇ ਕਿਹਾ? ਲਾਸਟ ਪੈਰੇ ਵਿੱਚ ਆਪਾਂ ਰੀਡਿੰਗ ਚ ਪੜ੍ਹਿਆ ਸੀ, ਉਹ ਲੇਖਕ ਨੂੰ ਤਾਂ ਮਹਿਸੂਸ ਹੁੰਦਾ ਕਿ ਸੱਚਮੁੱਚ ਹੀ ਰੱਬ ਦੀ ਪੌੜੀ ਸਮਝ ਆ ਉਹਨੂੰ। ਇਸ ਕਰਕੇ ਉਹਨੇ ਚੈਪਟਰ ਦਾ ਨਾਮ ਵੀ ਰੱਬ ਦੀ ਪੌੜੀ ਰੱਖ ਦਿੱਤਾ। ਕਿਉਂ ਰੱਖਿਆ ਚੈਪਟਰ ਦਾ ਨਾਮ? ਜਦੋਂ ਘੁੰਮਿਆ ਫਿਰਿਆ ਤੇ ਉੱਥੇ ਉਹਨੂੰ ਪਤਾ ਚੱਲਿਆ ਕਿ ਇੱਥੇ ਕਿਹੜੇ ਲੋਕ ਇਹਨੂੰ ਰੱਬ ਦੀ ਪੌੜੀ ਕਹਿੰਦੇ ਆ, ਫਿਰ ਉਹਨੇ ਚੈਪਟਰ ਦਾ ਨਾਮ ਹੀ ਰੱਬ ਦੀ, ਆਪਣੀ ਰਚਨਾ ਦਾ ਨਾਮ ਰੱਬ ਦੀ ਪੌੜੀ ਰੱਖਿਆ। ਯੈਸ, ਨਿਊਯਾਰਕ ਦੇ ਪੁਰਾਣੇ ਮਾਹੀਗੀਰ ਨੇ ਇਸ ਨੂੰ ਰੱਬ ਦੀ ਪੌੜੀ ਕਿਹਾ ਹੈ। ਯੈਸ, ਜਿਹੜੇ ਪੁਰਾਣੇ ਮਾਹੀਗੀਰ ਹੈ ਨਾ, ਉਹ ਇਸ ਨੂੰ ਰੱਬ ਦੀ ਪੌੜੀ ਕਹਿੰਦੇ ਆ। ਪੁਰਾਣੇ ਮਾਹੀਗੀਰ, ਇਹ ਵਨ ਮਾਰਕ ਕੁਐਸਚਨ ਹੈ। ਪੁਰਾਣੇ ਮਾਹੀਗੀਰ, ਗੀਰ ਪਿਛੇਤਰ ਲਾ ਕੇ ਹੈ। ਹੁਣ ਦੱਸੋ ਮਾਹੀਗੀਰ ਤੋਂ ਕੀ ਭਾਵ ਹੈ? ਯੈਸ, ਨੈਕਸਟ ਕੁਐਸਚਨ ਬਣਦਾ ਵਨ ਮਾਰਕ, ਮਾਹੀਗੀਰ ਤੋਂ ਕੀ ਭਾਵ ਹੈ? ਯੈਸ ਬੇਟੇ ਵੇਦਾਂਤੀ, ਸਮੁੰਦਰ ਵਿੱਚ ਮੱਛਲੀਆਂ ਫੜਨ ਵਾਲਿਆਂ ਨੂੰ ਮਾਹੀਗੀਰ ਕਿਹਾ ਗਿਆ ਹੈ। ਯੈਸ, ਸਮੁੰਦਰ ਵਿੱਚ ਮੱਛੀਆਂ ਫੜਨ ਵਾਲੇ ਨੂੰ, ਮੱਛੀਆਂ ਫੜਨ ਵਾਲਿਆਂ ਨੂੰ ਕੀ ਕਹਿੰਦੇ ਆ? ਮਾਹੀਗੀਰ। ਠੀਕ ਹੈ, ਮੱਛੀਆਂ ਫੜਨ ਵਾਲਿਆਂ ਨੂੰ ਮਾਹੀਗੀਰ ਕਹਿੰਦੇ ਹਾਂ। ਮਾਹੀਗੀਰ ਇਸ ਇਮਾਰਤ ਨੂੰ ਦੇਖ ਕੇ ਕੀ ਕਹਿੰਦੇ ਨੇ? ਇਹ ਤਾਂ ਰੱਬ ਦੀ ਪੌੜੀ ਹੈ। ਇਸ ਦੀਆਂ ਕਿੰਨੀਆਂ ਮੰਜ਼ਿਲਾਂ ਨੇ ਬੇਟੇ? ਕਿੰਨਵੀਂ ਮੰਜ਼ਿਲ ਤੇ ਇਸ ਇਮਾਰਤ ਦਾ ਸਿਖਰ ਹੈ? ਯੈਸ ਬੱਚੇ, ਕਿੰਨਵੀਂ ਮੰਜ਼ਿਲ ਤੇ ਇਮਾਰਤ ਦਾ ਸਿਖਰ ਹੈ, ਬੁਰਜੀ ਦਾ ਸਿਖਰ ਹੈ? ਬੋਲੋ ਬੱਚੇ। ਏਂਜਲ, ਯੈਸ ਬੇਟੇ, ਅੰਪਾਇਰ ਸਟੇਟ ਬਿਲਡਿੰਗ ਵਿੱਚ ਲਿਫਟ ਵਿੱਚ ਬੈਠ ਕੇ ਪਹਿਲਾਂ ਤਾਂ ਅਸਲੀ 80 ਮੰਜ਼ਿਲਾਂ ਚੜ ਕੇ ਹੋਰ 6 ਮੰਜ਼ਿਲਾਂ ਦੇ ਬਾਅਦ 4 ਮੰਜ਼ਿਲਾਂ ਬਾਅਦ ਅੰਪਾਇਰ ਸਟੇਟ ਬਿਲਡਿੰਗ ਦਾ ਬੁਰਜ ਆਉਂਦਾ ਹੈ। ਯੈਸ ਬੇਟੇ, ਸਭ ਤੋਂ ਸਿਖਰ ਬੁਰਜੀ ਦਾ ਕਿੱਥੇ ਹੈ? ਉਹ ਕਿੰਨਵੀਂ ਮੰਜ਼ਿਲ ਤੇ? 16 ਮੰਜ਼ਿਲਾਂ ਉੱਪਰ ਜਾ ਕੇ 102ਵੀਂ ਮੰਜ਼ਿਲ ਤੇ। 102ਵੀਂ ਮੰਜ਼ਿਲ ਹੈ ਨਾ ਜਿਹੜੀ, ਉੱਥੇ ਬੁਰਜੀ ਦਾ ਸਿਖਰ ਹੈ। ਪਹਿਲਾਂ 80 ਮੰਜ਼ਿਲਾਂ, 80 ਮੰਜ਼ਿਲਾਂ ਤੋਂ ਬਾਅਦ 6 ਮੰਜ਼ਿਲਾਂ ਅੱਗੇ ਇੱਕ ਬੁਰਜੀ ਹੈ ਜਿੱਥੋਂ ਮਨਹਟਨ ਦਰਿਆ ਨਜ਼ਰ ਆਉਂਦਾ, ਮਨਹਟਨ ਦਾ ਟਾਪੂ ਤੇ ਹਡਸਨ ਦਰਿਆ ਹੈ ਨਾ ਦੇ ਨਜ਼ਾਰੇ ਦੇਖਣ ਨੂੰ ਮਿਲਦੇ। ਉਸ ਤੋਂ ਅੱਗੇ 16 ਮੰਜ਼ਿਲਾਂ ਅੱਗੇ ਜਾ ਕੇ ਬੁਰਜੀ ਦਾ ਸਿਖਰ ਹੈ ਜਿਸ ਨੂੰ ਰੱਬ ਦੀ ਪੌੜੀ ਕਿਹਾ। ਉਸ ਨੂੰ ਰੱਬ ਦੀ ਪੌੜੀ ਕਿਹਾ, ਬੁਰਜੀ ਦਾ ਸਿਖਰ। ਠੀਕ ਹੈ, ਸਮਝ ਆ ਗਈ? 80 ਮੰਜ਼ਿਲਾਂ ਤੇ ਜੇ ਕੁਐਸਚਨ ਆਏ ਕਿ ਜਦੋਂ ਲੇਖਕ ਸਟੋਰ ਚੋਂ ਨਿਕਲ ਕੇ ਆਪਣੇ ਰਾਲਫ ਦੋਸਤ ਨਾਲ ਸਭ ਤੋਂ ਪਹਿਲਾਂ ਕਿੱਧਰ ਨੂੰ ਗਿਆ, ਉਹ ਕੁਐਸਚਨ ਕੀ ਆਏਗਾ? ਯੈਸ, ਉਸ ਕੁਐਸਚਨ ਦਾ ਆਨਸਰ ਬੋਲੋ। ਆਪਣੇ ਰਾਲਫ ਦੋਸਤ ਨੂੰ, ਦੋਸਤ ਦੇ ਨਾਲ ਜਦੋਂ ਉਹਨੇ ਕਿਹਾ ਨਾ ਕਿ ਰਾਲਫ ਨੇ ਕਿਹਾ ਕਿ ਚਲੋ ਚੱਲੀਏ, ਸਭ ਤੋਂ ਪਹਿਲਾਂ ਉਹ ਕਿੱਧਰ ਨੂੰ ਗਏ ਹੈ ਰਾਲਫ ਨੂੰ ਜਦੋਂ ਛੁੱਟੀ ਸੀ? ਯੈਸ, ਕਿੱਧਰ ਨੂੰ ਗਏ ਆ ਸਟੋਰ ਚੋਂ ਬਾਹਰ ਆ ਕੇ? ਕੋਈ ਦੱਸ ਸਕਦਾ ਸਭ ਤੋਂ ਪਹਿਲਾਂ ਉਹ ਆਪਣੇ ਰਾਲਫ ਦੋਸਤ ਦੇ ਨਾਲ ਕਿੱਥੇ ਗਏ, ਕਿੱਧਰੋਂ ਦੀ ਨਿਕਲੇ? ਯੈਸ, ਸਟੋਰ ਚੋਂ ਬਾਹਰ ਨਿਕਲ ਕੇ ਲੇਖਕ ਆਪਣੇ ਰਾਲਫ ਦੋਸਤ ਨੂੰ ਲੈ ਕੇ ਕਿੱਧਰ ਨੂੰ ਗਿਆ? ਤੇ ਇਹ ਵੀ ਕੁਐਸਚਨ ਬਣਦਾ ਕਿ ਉਸਦੇ ਨਾਲ ਕੌਣ ਸੀ? ਉਸਦਾ ਦੋਸਤ ਰਾਲਫ ਸੀ। ਇਸ ਕੁਐਸਚਨ ਦਾ ਆਨਸਰ ਬੋਲੋ, ਕੌਣ ਬੋਲੇਗਾ? ਗਰਵਿਤ, ਬਬਲੀਨ। ਯੈਸ ਬੇਟੇ, ਬਬਲੀਨ। ਯੈਸ ਬੱਚੇ, ਉਹ ਦੋਨੋਂ 34ਵੀਂ ਗਲੀ ਕੋਲ ਦੋ ਲੰਘ ਕੇ ਐਮਪਾਇਰ ਸਟੇਟ ਬਿਲਡਿੰਗ ਵੱਲ ਗਏ। ਉਹ ਕਿੱਥੋਂ ਲੰਘੇ ਹੈ? ਫਿਫਥ ਐਵਨਿਊ, ਇਹ ਲਿਖਣਾ ਫਿਫਥ
एवन्यू दी 34वीं गली चो लंघ के एवन्यू दी 34वीं गली च पहला गए है उत्थों लंघ के फिर एम्पायर स्टेट बिल्डिंग दे बारे उत्ते चढ़ के नजारा दिखना चाहते ने कितों दी लंघी है केड़ी गली चो लंघे है 34वीं गली किनवे एवन्यू दी 5th एवन्यू दी कितों निकल के स्टोर चो निकल के ठीक है बच्चे स्टोर चो निकल के ओहो 5th एवन्यू दी 34वीं गली यस 34वीं गली विचों दी लंघे है ते उस तो अगे ओह किनू तकना चाहते है एम्पायर स्टेट बिल्डिंग जिसनू रब दी पौड़ी क्या है उत्थों दे माहीगीरां ने ठीक है हुण आपां सारे वन वर्ड क्वेश्चन करिए एक बारी ठीक है वन वर्ड क्वेश्चन यस बेटे फर्स्ट क्वेश्चन सब तो उच्ची इमारत केड़ी है दुनिया दी सब तो उच्ची इमारत किसनू क्या गया है यस बच्चे बोलो आंसर दुनिया दी सब तो उच्ची इमारत बेटे जेड़े हाँ श्रेयांश यस बेटे बॉयज वालों सब तो पहला रिस्पॉन्स श्रेयांश वालों ही होगा यस बच्चे एम्पायर स्टेट बिल्डिंग यस एम्पायर स्टेट बिल्डिंग नाल ही क्वेश्चन दसो एम्पायर स्टेट बिल्डिंग किथे है ये इमारत किथे है यस ये इमारत किथे है बोलो बच्चे किथे है इमारत बबलीन मैम ये इमारत न्यूयॉर्क विच स्थित है ਇਹ ਇਮਾਰਤ ਨਿਊਯਾਰਕ ਵਿੱਚ ਸਥਿਤ ਹੈ ਅਗਲਾ ਕੁਐਸਚਨ ਦੁਨੀਆ ਦੀ ਸਭ ਤੋਂ ਵੱਡੀ ਦੁਕਾਨ ਵਿੱਚ ਕੀ ਕੁਝ ਮਿਲਦਾ ਹੈ ਦੁਨੀਆ ਦੀ ਸਭ ਤੋਂ ਵੱਡੀ ਦੁਕਾਨ ਵਿੱਚ ਕੀ ਕੁਝ ਮਿਲਦਾ ਬੇਟੇ ਗਰਵਿਤ ਅਨਮਿਊਟ ਯੋਰਸੈਲ ਗਰਵਿਤ ਸੂਈ ਤੋਂ ਲੈ ਕੇ ਹਵਾਈ ਜਹਾਜ਼ ਤੱਕ ਸੂਈ ਤੋਂ ਲੈ ਕੇ ਹਵਾਈ ਜਹਾਜ਼ ਤੱਕ ਮਿਲਦਾ ਹੈ ਲੇਖਕ ਦੁਕਾਨ ਵਿੱਚ ਕੀ ਖਰੀਦਣ ਗਿਆ ਸੀ ਜੁਰਾਬਾਂ ਦਾ ਜੋੜਾ ਵੈਰੀ ਗੁੱਡ ਜੁਰਾਬਾਂ ਦਾ ਜੋੜਾ ਲੇਖਕ ਕਿੱਥੋਂ ਦੇ ਸਟੋਰਾਂ ਤੋਂ ਪ੍ਰਭਾਵਿਤ ਹੋਇਆ ਸੀ ਵੱਡੇ ਸਟੋਰਾਂ ਤੋਂ ਪ੍ਰਭਾਵਿਤ ਹੋਇਆ ਅਗਲਾ ਕੁਐਸਚਨ ਮਨੀਸ਼ਾ ਯੈਸ ਬੇਟੇ ਮਨੀਸ਼ਾ ਕਿੱਥੋਂ ਦੇ ਸਟੋਰਾਂ ਤੋਂ ਪ੍ਰਭਾਵਿਤ ਹੋਇਆ ਟੋਕੀਓ ਦੇ ਸਟੋਰਾਂ ਤੋਂ ਯੈਸ ਟੋਕੀਓ ਤੇ ਪੈਰਿਸ ਦੇ ਸਟੋਰਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਨਿਊਯਾਰਕ ਦੀ ਵੱਡੀ ਦੁਕਾਨ ਵਿੱਚ ਦਾਖਲ ਹੁੰਦੇ ਹੀ ਉਸਨੂੰ ਕੀ ਸੁਣਾਈ ਦਿੱਤਾ ਯੈਸ ਨਿਊਯਾਰਕ ਦੀ ਕਸ਼ਿਸ਼ ਹਾਂਜੀ ਬੇਟੇ ਨਿਊਯਾਰਕ ਦੀ ਵੱਡੀ ਦੁਕਾਨ ਵਿੱਚ ਦਾਖਲ ਹੁੰਦਿਆਂ ਹੀ ਉਸਨੂੰ ਕੀ ਸੁਣਾਈ ਦਿੱਤਾ ਕਸ਼ਿਸ਼ ਪੰਛੀਆਂ ਦੀ ਚਹਿਚਹਾਟ ਯੈਸ ਪੰਛੀਆਂ ਦੀ ਚਹਿਚਹਾਟ ਸੁਣਾਈ ਦਿੱਤੀ ਨੈਕਸਟ ਕੁਐਸਚਨ ਇਜ਼ ਸਟੋਰ ਵਿੱਚ ਕੀ ਸੀ ਯੈਸ ਸਟੋਰ ਵਿੱਚ ਹੋਰ ਕੀ ਸੀ ਯੈਸ ਕੌਣ ਦੱਸੇਗਾ ਸਟੋਰ ਵਿੱਚ ਕੀ ਸੀ ਗਰਵਿਤ ਹਾਂਜੀ ਬੇਟੇ ਗਰਵਿਤ ਯੈਸ ਬੱਚੇ ਰੈਸਟੋਰੈਂਟ ਡਾਕਖਾਨਾ ਫੁੱਲਾਂ ਦੀਆਂ ਕਿਆਰੀਆਂ ਤੇ ਬੱਚਿਆਂ ਤੇ ਚਿੜੀਆ ਘਰ ਵੀ ਸੀ ਬੱਚਿਆਂ ਦੇ ਦਿਲ ਪਰਚਾਵੇ ਲਈ ਚਿੜੀਆ ਘਰ ਵੀ ਸੀ ਸਟੋਰ ਦੇ ਵਿੱਚ ਰੈਸਟੋਰੈਂਟ ਡਾਕਖਾਨਾ ਫੁੱਲਾਂ ਦੀਆਂ ਕਿਆਰੀਆਂ ਤੇ ਬੱਚਿਆਂ ਦੇ ਦਿਲ ਪਰਚਾਵੇ ਲਈ ਚਿੜੀਆ ਘਰ ਲੇਖਕ ਦੇ ਨਾਲ ਕੌਣ ਸੀ ਘੁੰਮਣ ਲਈ ਯੈਸ ਨੈਕਸਟ ਕੁਐਸਚਨ ਪ੍ਰਭਜੋਤ ਲੇਖਕ ਦੇ ਨਾਲ ਕੌਣ ਸੀ ਬੇਟੇ ਪਰੀਸ਼ਾ ਬੋਲੇਗੀ ਯੈਸ ਬੇਟੇ ਪਰੀਸ਼ਾ ਹਾਂਜੀ ਬੱਚੇ ਪਰੀਸ਼ਾ ਲੇਖਕ ਦੇ ਨਾਲ ਉਸਦਾ ਦੋਸਤ ਰਾਲਫ ਸੀ ਯੈਸ ਲੇਖਕ ਦੇ ਨਾਲ ਉਸਦਾ ਦੋਸਤ ਰਾਲਫ ਸੀ ਟੋਕੀਓ ਤੇ ਪੈਰਿਸ ਦੇ ਸਟੋਰਾਂ ਦੇ ਕਰਮਚਾਰੀ ਦਾ ਸੁਭਾਅ ਕਿਹੋ ਜਿਹਾ ਸੀ ਨੈਕਸਟ ਕੁਐਸਚਨ ਟੋਕੀਓ ਤੇ ਪੈਰਿਸ ਦੇ ਸਟੋਰਾਂ ਦੇ ਕਰਮਚਾਰੀਆਂ ਦਾ ਸੁਭਾਅ ਕਿਹੋ ਜਿਹਾ ਸੀ ਇੰਜਲ ਯੈਸ ਬੇਟੇ ਵਨ ਮਾਰਕ ਕੁਐਸਚਨ ਇਹ ਸਾਰੇ ਨੋਟ ਕਰੋ ਵਨ ਵਰਡ ਟੋਕੀਓ ਤੇ ਪੈਰਿਸ ਦੇ ਕਰਮਚਾਰੀਆਂ ਦਾ ਸੁਭਾਅ ਬੜਾ ਚੰਗਾ ਸੀ ਅਤੇ ਉਹ ਗਾਹਕਾਂ ਨਾਲ ਬੜੇ ਪਿਆਰ ਨਾਲ ਬੋਲਦੇ ਸੀ ਯੈਸ ਉਹ ਗਾਹਕਾਂ ਦੇ ਨਾਲ ਬੜੇ ਪਿਆਰ ਤੇ ਨਿਮਰਤਾ ਨਾਲ ਬੋਲਦੇ ਨੇ ਉਹਨਾਂ ਦਾ ਸੁਭਾਅ ਬਹੁਤ ਹੀ ਚੰਗਾ ਸੀ ਨੈਕਸਟ ਕੁਐਸਚਨ ਲਿਫਟ ਵਿੱਚ ਬੈਠ ਕੇ ਉਹ ਸਭ ਤੋਂ ਪਹਿਲਾਂ ਕਿੰਨਵੀਂ ਮੰਜ਼ਿਲ ਤੇ ਪੁੱਜੇ ਲਿਫਟ ਵਿੱਚ ਬੈਠ ਕੇ ਸਭ ਤੋਂ ਪਹਿਲਾਂ ਠੂਹ ਕਰਕੇ ਕਿੰਨਵੀਂ ਮੰਜ਼ਿਲ ਤੇ ਪੁੱਜੇ ਯੈਸ ਕਿੰਨਵੀਂ ਮੰਜ਼ਿਲ ਤੇ ਪਹੁੰਚੇ ਅੰਸ਼ਿਕਾ
80ਵੀਂ ਮੰਜ਼ਿਲ ਤੇ ਯੈਸ 80ਵੀਂ ਮੰਜ਼ਿਲ ਤੇ 80ਵੀਂ ਮੰਜ਼ਿਲ ਤੋਂ ਅੱਗੇ ਕਿੰਨੀਆਂ ਮੰਜ਼ਲਾਂ ਉੱਪਰ ਜਾ ਕੇ ਇੱਕ ਬੁਰਜ ਹੈ ਕਿੰਨਵੀਂ ਮੰਜ਼ਿਲ ਤੇ ਬੁਰਜ ਹੈ 80ਵੀਂ ਮੰਜ਼ਿਲ ਤੋਂ ਕਿੰਨਵੀਂ ਮੰਜ਼ਿਲ ਤੇ ਪਹੁੰਚ ਕੇ ਇੱਕ ਬੁਰਜ ਹੈ ਜਸਲੀਨ ਜਯੰਤ ਯੈਸ ਬੇਟੇ ਜਯੰਤ ਜਯੰਤ ਕਿੰਨਵੀਂ ਮੰਜ਼ਿਲ ਤੇ ਜਾ ਕੇ ਬੁਰਜੀ ਹੈ ਜਿੱਥੋਂ ਹਟਸਨ ਦਰਿਆ ਨਜ਼ਰ ਆਉਂਦਾ ਹੈ ਮਨਹਟਨ ਦਾ ਟਾਪੂ ਮੰਜ਼ਿਲ ਨੋ ਬੇਟੇ ਨੋ 80ਵੀਂ ਮੰਜ਼ਿਲ ਤੋਂ 6 ਮੰਜ਼ਿਲਾਂ ਉੱਪਰ ਜਾ ਕੇ ਇੱਕ ਬੁਰਜੀ ਹੈ ਠੀਕ ਹੈ ਕਿੰਨੀਆਂ ਮੰਜ਼ਿਲਾਂ ਉੱਪਰ ਜਾ ਕੇ ਬੁਰਜੀ ਹੈ 6 ਮੰਜ਼ਿਲਾਂ ਉੱਥੋਂ ਕਿੰਨੇ ਕਿੰਨੇ ਮੀਲ ਤੱਕ ਦਾ ਨਜ਼ਾਰਾ ਦੇਖਣ ਨੂੰ ਮਿਲਦਾ ਚਲੋ 86ਵੀਂ ਮੰਜ਼ਿਲ 40-40 ਮੀਲ ਯੈਸ 40-40 ਤੇ 102ਵੀਂ ਮੰਜ਼ਿਲ ਤੇ ਪਹੁੰਚ ਕੇ ਕਿੰਨੇ ਮੀਲਾਂ ਦਾ ਨਜ਼ਾਰਾ ਨਜ਼ਰ ਆਉਂਦਾ ਅਗਲਾ ਕੁਐਸਚਨ 102ਵੀਂ ਮੰਜ਼ਿਲ ਤੇ ਪਹੁੰਚ ਕੇ 80 ਮੀਲ 80 ਮੀਲ ਤੱਕ ਦਾ ਨਜ਼ਾਰਾ ਨਜ਼ਰ ਆਉਂਦਾ ਹੈ ਠੀਕ ਹੈ ਉਸ ਤੋਂ ਅੱਗੇ ਗੱਲ ਕਰੀਏ ਕਿ ਹੇਠਾਂ ਕਿਹੜਾ ਟਾਪੂ ਦਿਖਾਈ ਦਿੰਦਾ ਹੇਠਾਂ ਕਿਹੜਾ ਟਾਪੂ ਦਿਖਾਈ ਦਿੰਦਾ ਯੈਸ ਬੇਟੇ ਕਿਹੜਾ ਟਾਪੂ ਦਿਖਾਈ ਦਿੰਦਾ ਹੈ ਮਨਹਟਨ ਮਨਹਟਨ ਨਾਂ ਦਾ ਟਾਪੂ ਦਿਖਾਈ ਦਿੰਦਾ ਹੈ ਯੈਸ ਹੁਣ ਅੱਗੇ ਗੱਲ ਕਰੀਏ ਆਪਾਂ ਨੈਕਸਟ ਕੁਐਸਚਨ ਜਦੋਂ ਲੇਖਕ 102ਵੀਂ ਮੰਜ਼ਿਲ ਤੇ ਪਹੁੰਚ ਗਿਆ 16 ਮੰਜ਼ਿਲਾਂ ਉੱਪਰ ਉਹ ਜਗ੍ਹਾ ਉਹ ਸਿਖਰ ਬੁਰਜੀ ਦਾ ਸਿਖਰ ਧਰਤੀ ਤੋਂ ਕਿੰਨਾ ਉੱਚਾ ਜਿਹੜੀ 16 ਮੰਜ਼ਿਲਾਂ ਚੜ੍ਹ ਕੇ ਸਿਖਰ ਹੈ ਉਹ ਧਰਤੀ ਤੋਂ ਕਿੰਨੀ ਉੱਚੀ ਹੈ ਯੈਸ ਬੁਰਜੀ ਜਿਹੜੀ ਹੈ ਸਭ ਤੋਂ ਉੱਚੀ ਬੁਰਜੀ ਕਿੰਨੀ ਉੱਚੀ ਹੈ ਧਰਤੀ ਤੋਂ ਪਰੀਸ਼ਾ ਹਾਂਜੀ ਬੇਟੇ ਪਰੀਸ਼ਾ 1250 ਫੁੱਟ ਯੈਸ 1250 ਫੁੱਟ ਉੱਚਾ ਹੈ 1250 ਫੁੱਟ ਕੀ ਹੈ ਉੱਚਾ ਹੈ ਧਰਤੀ ਤੋਂ ਇਸ ਤੋਂ ਉੱਤੇ ਇੱਕ ਉੱਚੀ ਬੁਰਜੀ ਹੈ ਜੋ ਕਿ ਜਿਸਦੀ ਨੋਕ 1472 ਫੁੱਟ ਤੀਕ ਪੁੱਜਦੀ ਹੈ ਔਰ ਕਿਹਦੇ ਨਾਲੋਂ ਚੌਗਣੀ ਉੱਚੀ ਹੈ ਕੁਤਬ ਦੀ ਲਾਟ ਨਾਲੋਂ ਚੌਗਣੀ ਉੱਚੀ ਹੈ ਠੀਕ ਹੈ ਹੁਣ ਉੱਚੀ ਬੁਰਜੀ ਤੋਂ ਟੈਲੀਵਿਜ਼ਨ ਕੰਪਨੀਆਂ ਕੀ ਕਰਦੀਆਂ ਨੇ ਉੱਚੀ ਬੁਰਜੀ ਤੋਂ ਟੈਲੀਵਿਜ਼ਨ ਕੰਪਨੀਆਂ ਕੀ ਕਰਦੀਆਂ ਹਨ ਯੈਸ ਕੌਣ ਦੱਸੇਗਾ ਉੱਚੀ ਬੁਰਜੀ ਤੋਂ ਟੈਲੀਵਿਜ਼ਨ ਕੰਪਨੀਆਂ ਦਾ ਕੀ ਮਕਸਦ ਪੂਰਾ ਹੁੰਦਾ ਯੈਸ ਕੋਈ ਦੱਸ ਸਕਦਾ ਲੈਸਨ ਪੜਿਆ ਆਪਾਂ ਬੇਟੇ ਫਿਰ ਆਪਾਂ ਬੈਕ ਐਕਸਰਸਾਈਜ਼ ਕੁਐਸਚਨ ਕਰਨੇ ਸਾਰੇ ਵਨ ਮਾਰਕ ਕੁਐਸਚਨਸ ਕਰਕੇ ਗਰਵੇਤ ਯੈਸ ਬੇਟੇ ਟੈਲੀਵਿਜ਼ਨ ਕੰਪਨੀਆਂ ਪ੍ਰੋਗਰਾਮ ਪ੍ਰਸਾਰਿਤ ਕਰਦੀਆਂ ਠੀਕ ਹੈ ਟੈਲੀਵਿਜ਼ਨ ਕੰਪਨੀਆਂ ਪ੍ਰੋਗਰਾਮ ਪ੍ਰਸਾਰਿਤ ਕਰਦੀਆਂ ਚਲੋ ਟੈਲੀਵਿਜ਼ਨ ਕੰਪਨੀਆਂ ਜਿਹੜੇ ਪ੍ਰੋਗਰਾਮ ਪ੍ਰਸਾਰਿਤ ਕਰਦੀਆਂ ਨੇ ਉਹਨਾਂ ਨੂੰ ਕੌਣ ਦੇਖਦਾ ਹੈ ਯੈਸ ਪ੍ਰਸਾਰਿਤ ਕੀਤੇ ਜਾਂਦੇ ਪ੍ਰੋਗਰਾਮਾਂ ਨੂੰ ਕੌਣ ਦੇਖਦਾ ਹੈ ਕਿੰਨੇ ਦਰਸ਼ਕ ਦੇਖਦੇ ਨੇ ਹਾਂਜੀ ਬਬਲੀਨ 2 ਲੱਖ ਦਰਸ਼ਕ ਯੈਸ ਨੇੜੇ ਤੇੜੇ ਦੀਆਂ 4 ਰਿਆਸਤਾਂ ਦੇ 52 ਲੱਖ ਦਰਸ਼ਕ ਕੀ ਦੇਖਦੇ ਨੇ ਜੇ ਉਲਟਾ ਕੁਐਸਚਨ ਆ ਜਾਏ ਕੀ ਦੇਖਦੇ ਨੇ ਚਲੋ ਹੁਣ ਇਹਦਾ ਆਨਸਰ ਬੋਲ ਦਿਓ ਨੇੜੇ ਤੇੜੇ ਦੀਆਂ 4 ਰਿਆਸਤਾਂ ਦੇ 52 ਲੱਖ ਦਰਸ਼ਕ ਕੀ ਦੇਖਦੇ ਹਨ ਹਾਂਜੀ ਕੌਣ ਬੋਲੇਗਾ ਆਨਸਰ ਕਸ਼ਿਸ਼ ਯੈਸ ਬੇਟੇ ਕਸ਼ਿਸ਼ ਟੈਲੀਵਿਜ਼ਨ ਕੰਪਨੀਆਂ ਦੁਆਰਾ ਪ੍ਰੋਗਰਾਮ ਪ੍ਰਸਾਰਿਤ ਯੈਸ ਪ੍ਰਸਾਰਿਤ ਪ੍ਰੋਗਰਾਮ ਟੈਲੀਵਿਜ਼ਨ ਕੰਪਨੀਆਂ ਦੁਆਰਾ ਪ੍ਰਸਾਰਿਤ ਕੀਤੇ ਪ੍ਰੋਗਰਾਮਾਂ ਨੂੰ ਨੇੜੇ ਤੇੜੇ ਦੀਆਂ 4 ਰਿਆਸਤਾਂ ਦੇ 52 ਲੱਖ ਲੋਕ 52 ਲੱਖ ਦਰਸ਼ਕ ਦੇਖਦੇ ਨੇ ਹੁਣ ਨੈਕਸਟ ਕੁਐਸਚਨ ਹੈ ਕਿ ਇਮਾਰਤ ਕਦੋਂ ਬਣੀ ਕਦੋਂ ਉਸਰੀ ਕਦੋਂ ਸ਼ੁਰੂ ਹੋਈ ਸੀ ਉਸਾਰੀ ਦਾ ਕੰਮ ਕਦੋਂ ਸ਼ੁਰੂ ਹੋਇਆ ਇਸ ਇਮਾਰਤ ਦੀ ਉਸਾਰੀ ਦਾ ਕੰਮ ਕਦੋਂ ਸ਼ੁਰੂ ਹੋਇਆ ਨੈਕਸਟ ਕੁਐਸਚਨ 20 ਕੁਐਸਚਨਸ ਲਿਖਨੇ ਨੇ ਕਿਉਂਕਿ ਇਹਦੇ ਮੈਕਸੀਮਮ ਕੁਐਸਚਨਸ 1 ਮਾਰਕ ਬਣਦੇ ਨੇ ਯੈਸ ਬੇਟੇ ਪ੍ਰੀਸ਼ਾ 1930 ਵਿੱਚ ਪਹਿਲਾ ਟਰੱਕ ਜਿਹੜਾ ਦਾਖਲ ਹੋਇਆ ਕਦੋਂ ਦਾਖਲ ਹੋਇਆ 1 ਅਕਤੂਬਰ 1929 ਵਿੱਚ ਕਿੰਨੇ ਫੁੱਟ ਡੂੰਘੀ ਨੀਂਹ ਖੋਦੀ ਗਈ 55 ਫੁੱਟ ਡੂੰਘੀ ਇਹ ਸਾਰੇ 1 ਮਾਰਕ ਕੁਐਸਚਨ ਨੇ
ਕਿੰਨੇ ਸਾਲਾਂ ਵਿੱਚ ਇਹ ਵਿਚਿੱਤਰ ਮਹਿਲ ਤਿਆਰ ਹੋਇਆ? ਇਹ ਜਿਹੜੀ ਬਿਲਡਿੰਗ ਹੈ, ਵਿਚਿੱਤਰ ਬਿਲਡਿੰਗ ਤਿਆਰ ਹੋਈ ਹੈ ਪੌਣੇ 2 ਸਾਲਾਂ ਵਿੱਚ। ਕਿੰਨੇ ਸਾਲਾਂ ਵਿੱਚ ਬੇਟੇ? ਪੌਣੇ 2 ਸਾਲਾਂ ਵਿੱਚ। ਠੀਕ ਹੈ ਬੱਚੇ, ਇਹ ਸਾਰੇ ਹੀ ਵਨ ਮਾਰਕ ਕੁਸ਼ਚਨ ਨੇ। ਠੀਕ ਹੈ, ਪੌਣੇ 2 ਸਾਲ ਲੱਗ ਗਏ ਸੀ 1930 ਵਿੱਚ। ਇੰਨੇ ਨਵੀਨ ਯੰਤਰ ਨਹੀਂ ਸਨ, ਵਿਗਿਆਨ ਦੀਆਂ ਕਾਢਾਂ ਇੰਨੀਆਂ ਨਹੀਂ ਸਨ। ਹਰ ਹਫਤੇ 'ਚ ਕਿੰਨੀਆਂ ਮੰਜ਼ਿਲਾਂ ਤਿਆਰ ਹੁੰਦੀਆਂ? 4.5 ਮੰਜ਼ਿਲਾਂ। ਤੇ ਜਦੋਂ ਕਦੇ ਰਫਤਾਰ ਤੇਜ਼ ਹੋ ਜਾਂਦੀ ਤਾਂ ਇੱਕ ਦਿਨ ਵਿੱਚ 1.5 ਮੰਜ਼ਿਲ ਤਿਆਰ ਹੋ ਜਾਂਦੇ। ਕਲੀਅਰ ਹੈ? ਇਹ ਕਿੰਨੇ ਹੱਥਾਂ ਵਿੱਚ ਵਿਕੀ ਸੀ? 2-3 ਹੱਥਾਂ ਵਿੱਚ ਵਿਕੀ। ਆਖਿਰਕਾਰ ਕਿੰਨਾ ਨੇ ਇਹਨੂੰ ਪ੍ਰਵਾਨ ਕੀਤਾ? ਨਿਊਯਾਰਕ ਦੇ ਸ਼ਹਿਰੀਆਂ ਨੇ ਇਸਨੂੰ ਪ੍ਰਵਾਨਗੀ ਦਿੱਤੀ ਹੈ। ਹੁਣ ਗੱਲ ਕਰੀਏ, ਜਿਹੜਾ ਅੱਗੇ ਜਾ ਕੇ ਵੱਡਾ ਕੁਸ਼ਚਨ ਵੀ ਕਰਨਾ ਹੈ ਕਿ ਇਹਦੇ ਵਿੱਚ ਹੈ ਕੀ ਕੁਛ? ਇੰਨੀਆਂ ਮੰਜ਼ਿਲਾਂ ਵਾਲੀ ਇਮਾਰਤ, ਹਰ ਮੰਜ਼ਿਲ ਤੇ ਬਹੁਤ ਸਾਰੇ ਦਫ਼ਤਰ ਹੋਣਗੇ, ਸੈਂਕੜੇ ਦਫ਼ਤਰ ਨੇ, ਸੈਂਕੜੇ ਦਫ਼ਤਰਾਂ ਵਿੱਚ ਹਜ਼ਾਰਾਂ ਵਿਅਕਤੀ ਕੰਮ ਕਰਦੇ ਨੇ। ਵੱਡਾ ਪ੍ਰਸ਼ਨ ਵੀ ਹੈ ਕਿ ਕੀ ਕੁਛ ਹੈ ਇਹਦੇ ਵਿੱਚ? 60,000 ਫੁਲਾਦ ਖਰਚ ਹੋਇਆ, 8 ਮੀਲ ਲੰਬੀਆਂ ਨਾਲਾਂ ਪਈਆਂ ਨੇ ਪਾਣੀ ਦੀਆਂ, 3500 ਮੀਲ ਲੰਬੀ ਟੈਲੀਫੋਨ ਤੇ ਟੈਲੀਗ੍ਰਾਫ ਦੀ ਤਾਰ ਪਈ ਹੈ ਇਹਦੇ ਵਿੱਚ। ਕਿੰਨੀਆਂ ਲਿਫਟਾਂ ਹਨ ਇਹਦੇ ਵਿੱਚ? 74 ਲਿਫਟਾਂ ਨੇ, 74। ਕਿੰਨੀ ਬਿਜਲੀ ਹਰ ਮਹੀਨੇ ਖਰਚ ਹੁੰਦੀ ਹੈ? 2 ਲੱਖ ਕਿਲੋਵਾਟ। ਕਿੰਨੇ ਮਜ਼ਦੂਰ ਨੇ? ਬਹੁਤ ਸਾਰੇ ਮਜ਼ਦੂਰ ਦਿਨ ਰਾਤ 6,500 ਖਿੜਕੀਆਂ ਨੂੰ ਸਾਫ਼ ਕਰਦੇ ਨੇ। ਕਿੰਨੀਆਂ ਔਰਤਾਂ ਨੇ ਜਿਹੜੀਆਂ ਕਮਰਿਆਂ ਦੇ ਸ਼ੀਸ਼ੇ ਰੋਜ਼ ਕਮਰਿਆਂ ਨੂੰ ਸਾਫ਼ ਕਰਦੇ ਨੇ? ਹਰ ਰੋਜ਼ 200 ਔਰਤਾਂ ਸਾਫ਼ ਕਰਦੀਆਂ ਨੇ। ਕਲੀਅਰ ਹੈ? ਔਰ ਕਿੰਨੇ ਦਰਸ਼ਕ ਇਸ ਦਾ ਆਨੰਦ ਮਾਣਦੇ ਨੇ? 35,000 ਦਰਸ਼ਕ ਇੱਥੇ, 35,000 ਦਰਸ਼ਕ ਹਰ ਰੋਜ਼ ਇੱਥੋਂ ਦਾ ਨਜ਼ਾਰਾ ਮਾਣਦੇ ਹਨ। ਕਲੀਅਰ ਹੈ? ਹੁਣ ਤਾਂ ਕਿਸੇ ਕੀ ਵਿਕ ਚੁੱਕੇ ਨੇ? ਲੱਖਾਂ ਕਾਰਡ। ਔਰ ਹੁਣ ਤੱਕ ਇਸ ਦਾ ਆਨੰਦ ਕੌਣ ਕੌਣ ਮਾਣ ਚੁੱਕਿਆ? ਫਿਲਮਾਂ ਵਿੱਚ ਆਏ ਫਿਲਮ ਸਟਾਰ, ਲੀਡਰ, ਦੁਨੀਆ ਦੇ ਮਹਾਨ ਵਿਦਵਾਨ, ਲੇਖਕ, ਚਿੱਤਰਕਾਰ ਇਸ ਦਾ ਆਨੰਦ ਮਾਣ ਚੁੱਕੇ ਹਨ। ਇੱਥੇ ਉੱਚੀ ਬੁਰਜੀ ਤੇ ਪਹੁੰਚ ਕੇ ਵਿਸ਼ਾਲ ਧਰਤੀ ਦੀ ਝਾਤ ਪਾ ਚੁੱਕੇ ਨੇ, ਵੱਖ ਵੱਖ ਨਜ਼ਾਰੇ ਧਰਤੀ ਦੇ ਦੇਖ ਕੇ ਆਨੰਦਿਤ ਹੋ ਚੁੱਕੇ ਨੇ, ਜਿਹਨਾਂ ਵਿੱਚ ਲੇਖਕ ਵੀ ਹੈ ਬਲਵੰਤ ਗਾਰਗੀ। ਠੀਕ ਹੈ, ਹੁਣ ਆਪਾਂ ਗੱਲ ਕਰੀਏ ਵੱਡੇ ਪ੍ਰਸ਼ਨ, ਬੈਕ ਐਕਸਰਸਾਈਜ਼ ਕੁਸ਼ਚਨ, ਤੁਹਾਡੀ ਆਪਣੀ ਸੈਲਫ ਫਰੇਮਿੰਗ। ਪਰ ਰੱਬ ਦੀ ਪੌੜੀ ਇੱਕ ਸਫ਼ਰਨਾਮਾ ਹੈ ਜਿਸ ਵਿੱਚ ਲੇਖਕ ਦੇ ਆਪਣੇ ਤਜ਼ਰਬੇ ਨੇ। ਫਸਟ ਕੁਸ਼ਚਨ ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ, ਰੱਬ ਦੀ ਪੌੜੀ ਕਿਸ ਨੂੰ ਕਿਹਾ ਗਿਆ ਤੇ ਕਿੱਥੇ ਸਥਿਤ ਹੈ? ਇੱਕ ਵਾਰੀ ਰਿਪੀਟ ਕਰ ਦਿਓ ਸਾਰੇ ਆਂਸਰ। ਯੈਸ ਬੇਟੇ, ਕੌਣ ਕਰੇਗਾ? 3 ਲਾਈਨਾਂ 'ਚ ਆਂਸਰ ਦੇਣਾ ਹੈ, 3-4 ਲਾਈਨਾਂ ਤੋਂ ਵੱਧ ਆਂਸਰ ਨਹੀਂ ਦੇਣਾ ਹਰੇਕ ਕੁਸ਼ਚਨ ਦਾ ਆਂਸਰ। ਹਾਂਜੀ, ਯੈਸ ਬੇਟੇ, ਫਸਟ ਕੁਸ਼ਚਨ ਦਾ ਆਂਸਰ ਬੇਟੇ ਕਸ਼ਿਸ਼। ਯੈਸ ਬੱਚੇ, ਲੇਖਕ ਨੇ ਰੱਬ ਦੀ ਪੌੜੀ ਇੰਪਾਇਰ ਸਟੇਟ ਬਿਲਡਿੰਗ ਨੂੰ ਕਿਹਾ ਹੈ, ਇਹ ਸਭ ਤੋਂ ਉੱਚੀ ਇਮਾਰਤ ਹੈ ਤੇ ਇਹ ਨਿਊਯਾਰਕ ਵਿੱਚ ਸਥਿਤ ਹੈ। ਯੈਸ, ਇਹ ਔਰ ਦੁਨੀਆ ਦਾ ਇਸਨੂੰ ਇੱਕ ਹੋਰ ਲਾਈਨ ਬੋਲੋ, 8ਵਾਂ ਅਜੂਬਾ ਮੰਨਿਆ ਹੈ ਇੰਪਾਇਰ ਸਟੇਟ ਬਿਲਡਿੰਗ ਨੂੰ ਰੱਬ ਦੀ ਪੌੜੀ ਕਿਹਾ ਹੈ। ਕਿਸ ਨੂੰ ਕਿਹਾ ਲੇਖਕ ਨੇ? ਇੰਪਾਇਰ ਸਟੇਟ ਬਿਲਡਿੰਗ ਨੂੰ। ਇਹ ਇੰਪਾਇਰ ਸਟੇਟ ਬਿਲਡਿੰਗ ਨਿਊਯਾਰਕ ਦੇ ਵਿੱਚ ਸਥਿਤ ਹੈ। ਇਸ ਨੂੰ ਦੁਨੀਆ ਦਾ 8ਵਾਂ ਅਜੂਬਾ ਮੰਨਿਆ ਗਿਆ ਕਿਉਂਕਿ ਇਹ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਹੈ। ਸੈਕਿੰਡ ਕੁਸ਼ਚਨ ਦਾ ਆਂਸਰ, ਲੇਖਕ ਨੇ ਨਿਊਯਾਰਕ ਤੇ ਟੋਕੀਓ ਦੇ ਸਟੋਰ ਕਰਮਚਾਰੀਆਂ ਦੇ ਵਤੀਰੇ ਵਿੱਚ ਕੀ ਅੰਤਰ ਦੱਸਿਆ? ਨਿਊਯਾਰਕ ਦੇ ਤੇ ਟੋਕੀਓ ਦੇ? ਯੈਸ ਬੱਚੇ, ਅੰਸ਼ਿਕਾ ਬੋਲੋ ਬੱਚੇ ਆਂਸਰ। ਲੇਖਕ ਨੇ ਨਿਊਯਾਰਕ ਤੇ ਟੋਕੀਓ ਦੇ ਸਟੋਰ ਕਰਮਚਾਰੀਆਂ ਦੇ ਵਤੀਰੇ ਵਿੱਚ ਬਹੁਤ ਅੰਤਰ ਦੇਖਿਆ। ਲੇਖਕ ਨੂੰ ਲੱਗਦਾ ਹੈ ਕਿ ਨਿਊਯਾਰਕ ਦੇ ਕਰਮਚਾਰੀ ਬਹੁਤ ਰੁੱਖਾ ਬੋਲਦੇ ਹਨ ਅਤੇ ਟੋਕੀਓ ਦੇ ਕਰਮਚਾਰੀ ਬੜੇ ਨਿਮਰ ਸੁਭਾਵ ਦੇ ਹਨ ਅਤੇ ਗਾਹਕਾਂ ਨੂੰ ਪ੍ਰਸੰਨ ਰੱਖਦੇ ਹਨ ਅਤੇ ਉਹਨਾਂ ਦੀ ਤਸੱਲੀ ਲਈ ਵੀ ਸਮਾਂ ਦਿੰਦੇ ਹਨ। ਯੈਸ, ਲੇਖਕ ਦੱਸਦਾ ਹੈ ਕਿ ਟੋਕੀਓ ਤੇ ਪੈਰਿਸ ਦੇ ਸਟੋਰ ਦੇ ਕਰਮਚਾਰੀ ਜਿਹੜੇ ਨੇ ਉਹਨਾਂ ਦਾ ਵਤੀਰਾ ਬਹੁਤ ਹੀ ਨਰਮੀ ਵਾਲਾ, ਪਿਆਰ ਵਾਲਾ, ਠੀਕ ਹੈ, ਤੇ ਚੰਗਾ ਹੈ। ਜਦੋਂ ਕੋਈ ਉੱਥੇ ਸਟੋਰ 'ਚ ਜਾਂਦਾ ਹੈ, ਕੋਈ ਚੀਜ਼ ਲਏ ਜਾਂ ਨਾ ਲਏ, ਉਸ ਦਾ ਉਹ ਧੰਨਵਾਦ ਕਰਦੇ ਨੇ ਕਿ ਉਹਨਾਂ ਨੇ ਉਹਨਾਂ ਦੇ ਸਟੋਰ ਵਿੱਚ ਚਰਨ ਪਾਏ ਹਨ। ਜਦਕਿ ਨਿਊਯਾਰਕ ਦੇ ਜਿਹੜੇ
ਸਟੋਰਾਂ ਦੇ ਕਰਮਚਾਰੀ ਨੇ ਉਹ ਰੁੱਖਾ ਬੋਲਦੇ ਨੇ ਔਰ ਕੋਈ ਚੀਜ਼ ਲੈਣ ਤੋਂ ਪਹਿਲਾਂ ਪੈਸੇ ਰੱਖਣ ਦੀ ਗੱਲ ਕਰਦੇ ਹਨ ਇਹ ਵਤੀਰੇ ਵਿੱਚ ਉਹਨਾਂ ਨੂੰ ਫਰਕ ਨਜ਼ਰ ਆਇਆ ਠੀਕ ਹੈ ਬੱਚੇ ਨੈਕਸਟ ਕੁਐਸਚਨ ਇਜ਼ ਇੰਪਾਇਰ ਸਟੇਟ ਬਿਲਡਿੰਗ ਦੇ ਉੱਪਰੋਂ ਆਲੇ ਦੁਆਲੇ ਦਾ ਦ੍ਰਿਸ਼ ਕਿਉਂ ਜਿਹਾ ਦਿਖਾਈ ਦਿੰਦਾ ਯੈਸ ਕਿਉਂ ਜਿਹਾ ਦਿਖਾਈ ਦਿੰਦਾ ਜਦੋਂ ਉਹ 80ਵੀਂ ਮੰਜ਼ਿਲ ਤੋਂ 6 ਮੰਜ਼ਿਲਾਂ ਉੱਪਰ ਗਿਆ ਉਹ ਨਜ਼ਾਰਾ ਦੱਸਣਾ ਹੈ ਯੈਸ ਆਂਸਰ ਬੋਲੋ ਬੇਟੇ ਏਂਜਲ ਬੋਲੇਗੀ ਯੈਸ ਬੇਟੇ ਏਂਜਲ ਐਮਪਾਇਰ ਸਟੇਟ ਬਿਲਡਿੰਗ ਦੇ ਸ਼ਿਖਰ ਤੇ ਪਹੁੰਚਣ ਤੋਂ ਬਾਅਦ ਲੇਖਕ ਨੂੰ ਇੰਜ ਲੱਗਦਾ ਹੈ ਕਿ ਜਿਵੇਂ ਉਹ ਬਾਦਲਾਂ ਦੇ ਉੱਪਰ ਆ ਗਏ ਹਨ ਉਹਨਾਂ ਨੂੰ ਥੱਲੇ ਦੀ ਸਾਰੀ ਚੀਜ਼ਾਂ ਬਹੁਤ ਛੋਟੀ ਛੋਟੀ ਨਜ਼ਰ ਆਉਂਦੀਆਂ ਹਨ ਜਿਵੇਂ ਘਰ ਡੱਬੇ ਵਾਂਗ ਛੋਟੇ ਅਤੇ ਹਟਸਨ ਦਰਿਆ ਤਾਂ ਉਹਨਾਂ ਨੂੰ ਬਹੁਤ ਛੋਟਾ ਜਿਹਾ ਨਜ਼ਰ ਆਉਂਦਾ ਹੈ ਯੈਸ ਯੈਸ ਬੇਟੇ ਹੋਰ ਕੌਣ ਟਰਾਈ ਕਰੇਗਾ ਇਸੇ ਆਂਸਰ ਨੂੰ ਬੋਲੋ ਇਸੇ ਕੁਐਸਚਨ ਦਾ ਆਂਸਰ ਯੈਸ ਜਦੋਂ 80ਵੀਂ ਮੰਜ਼ਿਲ ਤੋਂ ਅੱਗੇ 6 ਮੰਜ਼ਿਲਾਂ ਉੱਪਰ ਗਏ ਆ ਉੱਥੋਂ ਦਾ ਨਜ਼ਾਰਾ 40-40 ਮੀਲ ਦੂਰ ਤੱਕ ਦਾ ਨਜ਼ਾਰਾ ਉਹਨੇ ਜੋ ਦੇਖਿਆ ਨਾ ਉਹਨੂੰ ਪਹਿਲੇ ਵਰਣਨ ਕਰਨਾ ਹੈ ਹਾਂਜੀ ਕੌਣ ਦੱਸੇਗਾ ਬੇਟੇ ਬੋਲੋ ਜਦੋਂ ਲੇਖਕ ਆਪਣੇ ਦੋਸਤ ਰਾਲਫ ਦੇ ਨਾਲ ਇੰਪਾਇਰ ਸਟੇਟ ਬਿਲਡਿੰਗ ਦੀ ਲਿਫਟ ਵਿੱਚ ਦਾਖਲ ਹੋ ਕੇ 80ਵੀਂ ਮੰਜ਼ਿਲ ਤੇ ਪੁੱਜਾ ਤੇ ਉਸ ਤੋਂ ਅੱਗੇ 6 ਮੰਜ਼ਿਲਾਂ ਉੱਪਰ ਜਾ ਕੇ ਉੱਚੀ ਬੁਰਜੀ ਤੇ ਪਹੁੰਚ ਗਿਆ ਉੱਥੋਂ ਉਸਨੂੰ ਨਿਊਯਾਰਕ ਸਾਰਾ ਦਿਖਾਈ ਦਿੱਤਾ ਕੀ ਦਿਖਾਈ ਦਿੱਤਾ ਖੁੰਜਿਆਂ ਵਿੱਚ ਦੂਰਬੀਨਾਂ ਲੱਗੀਆਂ ਹੋਈਆਂ ਸਨ ਜਿਨ੍ਹਾਂ ਰਾਹੀਂ ਉਸਨੇ 40-40 ਮੀਲ ਆਲੇ ਦੁਆਲੇ ਦਾ ਨਜ਼ਾਰਾ ਦੇਖਿਆ ਹੇਠਾਂ ਮਨਹਟਨ ਟਾਪੂ ਵਗ ਰਿਹਾ ਸੀ ਦਿਖਾਈ ਦਿੱਤਾ ਜਿਸ ਵਿੱਚ ਡੱਬੀਆਂ ਵਰਗੇ ਘਰ ਸਨ ਸੜਕਾਂ ਮੋਟਰਾਂ ਕੀੜੀਆਂ ਵਾਂਗ ਤੁਰੀਆਂ ਨਜ਼ਰ ਆ ਰਹੀਆਂ ਸਨ ਔਰ ਹਡਸਨ ਦਰਿਆ ਪੂਰਬੀ ਦਰਿਆ ਦੇ ਗੰਧਲੇ ਸਲੇਟੀ ਪਾਣੀਆਂ ਨੇ ਟਾਪੂ ਨੂੰ ਵਗਲਿਆ ਹੋਇਆ ਸੀ ਉਹ ਵੀ ਦਿਖਾਈ ਦਿੰਦਾ ਜਿਸ ਵਿੱਚ ਕਿਸ਼ਤੀਆਂ ਤੇ ਜਹਾਜ਼ ਖੜੇ ਸਨ ਕਲੀਅਰ ਹੈ ਬੇਟੇ ਇਹ ਸਾਰੇ ਨਜ਼ਾਰੇ ਲੇਖਕ ਨੂੰ 80ਵੀਂ ਮੰਜ਼ਿਲ ਤੋਂ ਅੱਗੇ 6 ਮੰਜ਼ਿਲਾਂ ਉੱਪਰ ਚੜ੍ਹ ਕੇ ਜਦੋਂ ਉਹ ਉੱਚੇ ਬੁਰਜੇ ਤੇ ਪਹੁੰਚਿਆ ਤਾਂ ਉੱਥੋਂ ਉਸਨੂੰ ਸਾਰੇ ਨਜ਼ਾਰੇ ਦੇਖਣ ਨੂੰ ਮਿਲੇ ਅਗਲਾ ਕੁਐਸਚਨ ਹੈ ਬਿਲਡਿੰਗ ਕਦੋਂ ਬਣਨੀ ਸ਼ੁਰੂ ਹੋਈ ਤੇ ਕਿੰਨੇ ਸਮੇਂ ਵਿੱਚ ਮੁਕੰਮਲ ਹੋਈ ਦੇਖੋ ਜਿਹੜਾ ਥਰਡ ਕੁਐਸਚਨ ਦਾ ਆਂਸਰ ਹੈ ਉਹ 80ਵੀਂ ਮੰਜ਼ਿਲ ਤੋਂ 6 ਮੰਜ਼ਿਲਾਂ ਜਦੋਂ ਉੱਪਰ ਗਿਆ ਨਾ ਉਹ ਨਜ਼ਾਰਾ ਹੈ ਤੇ ਜਿਹੜਾ ਜਦੋਂ 102ਵੀਂ ਮੰਜ਼ਿਲ ਆਏਗੀ ਨਾ ਉੱਥੇ ਉਹ ਸਿਖਰ ਹੈ ਉੱਥੇ ਉਹ ਨਜ਼ਾਰਾ ਦੱਸਦਾ ਹੈ ਉਹਨੇ ਨਜ਼ਾਰਾ ਕਿਹੜਾ ਦੇਖਿਆ ਕਿਹੜਾ ਦੇਖਿਆ 86ਵੀਂ ਮੰਜ਼ਿਲ ਤੋਂ 80ਵੀਂ ਮੰਜ਼ਿਲ ਤੋਂ ਅੱਗੇ 6 ਮੰਜ਼ਿਲਾਂ ਤੋਂ ਉਹ ਨਜ਼ਾਰਾ ਉਹਨੇ ਮਾਣਿਆ ਹੈ ਹੁਣ ਦੱਸੋ ਇਹ ਬਿਲਡਿੰਗ ਕਦੋਂ ਬਣਨੀ ਸ਼ੁਰੂ ਹੋਈ ਜਦੋਂ ਉਹਨਾਂ ਨੂੰ ਇਤਿਹਾਸ ਪਤਾ ਚੱਲਿਆ ਤੇ ਕਿੰਨੇ ਸਮੇਂ ਵਿੱਚ ਮੁਕੰਮਲ ਹੋਈ ਯੈਸ ਬੇਟੇ ਕੌਣ ਬੋਲੇਗਾ ਆਂਸਰ ਬੀ ਕੁਇਕ ਬੇਟੇ ਕੌਣ ਦੱਸੇਗਾ ਆਂਸਰ ਬੇਟੇ ਹਾਂ ਵੇਦਾਂਤੀ ਯੈਸ ਬੇਟੇ ਵੇਦਾਂਤੀ ਐਮਪਾਇਰ ਸਟੇਟ ਬਿਲਡਿੰਗ 1930 ਵਿੱਚ ਨਿਊਯਾਰਕ ਵਿੱਚ ਬਣਨੀ ਸ਼ੁਰੂ ਹੋਈ ਸੀ ਜਦੋਂ ਅਮਰੀਕਾ ਵਿੱਚ ਮੰਦਾ ਆਇਆ ਹੋਇਆ ਸੀ ਅਤੇ ਹਰ ਹਫ਼ਤੇ 4.5 ਮੰਜ਼ਿਲਾਂ ਇਸ ਦੀਆਂ ਤਿਆਰ ਹੋ ਜਾਂਦੀਆਂ ਸਨ ਅਤੇ ਪੌਣੇ ਦੋ ਸਾਲਾਂ ਵਿੱਚ ਇਹ ਪੂਰੀ ਬਣ ਕੇ ਤਿਆਰ ਹੋ ਗਈ ਸੀ ਵੈਰੀ ਗੁੱਡ ਯੈਸ ਇਹ ਬਿਲਡਿੰਗ ਮਹਾਨ ਬਿਲਡਿੰਗ ਜਦੋਂ ਉਸਰੀ ਸੀ ਤਾਂ ਉਸ ਸਮੇਂ 1930 ਵਿੱਚ ਅਮਰੀਕਾ ਵਿੱਚ ਮੰਦਾ ਪਿਆ ਹੋਇਆ ਸੀ 2.5 ਗਜ਼ ਦਾ ਵੀ ਕੋਈ ਚੁਬਾਰਾ ਨਹੀਂ ਸੀ ਬਣਾਉਣਾ ਚਾਹੁੰਦਾ ਉੱਥੇ ਤੇ 1 ਅਕਤੂਬਰ 1929 ਨੂੰ ਪਹਿਲਾ ਟਰੱਕ ਆਇਆ ਜਿਸਨੇ ਇੱਕ ਹੋਟਲ ਨੂੰ ਢਾਇਆ ਤੇ 55 ਫੁੱਟ ਡੂੰਘੀ ਨੀਂਹ ਪਹਿਲਾਂ ਖੋਦੀ ਗਈ ਤੇ ਫਿਰ ਇਸ ਦੀ ਉਸਾਰੀ ਦਾ ਕੰਮ ਸ਼ੁਰੂ ਹੋਇਆ ਇਹ ਉਸਾਰੀ ਦਾ ਕੰਮ 2.5 ਸਾਲਾਂ ਦੇ ਅੰਦਰ ਅੰਦਰ ਮੁਕੰਮਲ ਹੋ ਕੇ ਇੱਕ ਵਿਚਿੱਤਰ ਮਹਿਲ ਤਿਆਰ ਹੋਇਆ ਜੋ ਕਿ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਕਹੀ ਜਾਣ ਲੱਗੀ ਜਿਸ ਵਿੱਚ ਕਿ ਬਹੁਤ ਸਾਰੇ ਨਜ਼ਾਰੇ ਜਿਸ ਵਿੱਚ ਕਿ ਬਹੁਤ ਸਾਰੇ ਦਫ਼ਤਰ ਹਨ ਬਹੁਤ ਸਾਰੇ ਸਟੋਰ ਹਨ ਇਹ ਅਗਲੇ ਕੁਐਸਚਨ 'ਚ ਆਪਾਂ ਆਂਸਰ ਕਰਾਂਗੇ ਸਿਰਫ ਆਪਾਂ ਦੱਸਣਾ ਕਦੋਂ ਇਹ ਇਮਾਰਤ ਬਣਨੀ ਸ਼ੁਰੂ ਹੋਈ ਤੇ ਕਦੋਂ ਇਹ ਮੁਕੰਮਲ ਹੋਈ 1930 ਦਾ ਸਮਾਂ ਸੀ ਜਦੋਂ ਅਮਰੀਕਾ ਵਿੱਚ ਮੰਦਾ ਪਿਆ ਹੋਇਆ ਸੀ 2.5 ਗਜ਼ ਦਾ ਵੀ ਕੋਈ ਚੁਬਾਰਾ ਨਹੀਂ ਸੀ ਬਣਾਉਣਾ ਚਾਹੁੰਦਾ ਉਸ ਸਮੇਂ
ਇਸ ਦੀ ਉਸਾਰੀ ਦਾ ਕੰਮ ਸ਼ੁਰੂ ਹੋਇਆ। 1 ਅਕਤੂਬਰ 1929 ਨੂੰ ਪਹਿਲਾ ਟਰੱਕ ਆਇਆ ਜਿਸਨੇ ਹੋਟਲ ਨੂੰ ਢਾਇਆ ਤੇ 55 ਫੁੱਟ ਡੂੰਘੀ ਨੀਂਹ ਖੋਦੀ ਗਈ ਤੇ ਇਸ ਦੀ ਉਸਾਰੀ ਦਾ ਕੰਮ ਬੜੀ ਤੇਜ਼ ਰਫਤਾਰ ਨਾਲ ਚੱਲਿਆ। 2.5 ਸਾਲਾਂ ਦੇ ਵਿੱਚ ਇਹ ਬਿਲਡਿੰਗ ਬਣ ਕੇ ਤਿਆਰ ਹੋਈ ਤੇ ਇੱਕ ਵਿਚਿੱਤਰ ਮਹਿਲ ਤਿਆਰ ਹੋਇਆ ਜਿਸ ਨੂੰ ਦੁਨੀਆ ਦੇਖ ਕੇ ਅਸ਼ ਕਰ ਉੱਠਦੀ ਹੈ। ਠੀਕ ਹੈ, ਅਗਲਾ ਕੁਸ਼ਚਨ ਹੈ ਲਾਸਟ, ਇਸ ਇਮਾਰਤ ਦੀ ਵਰਤੋਂ ਕਿਹੜੇ ਕਿਹੜੇ ਕੰਮਾਂ ਲਈ ਕੀਤੀ ਜਾਂਦੀ ਹੈ? ਇਸ ਇਮਾਰਤ ਦੀ ਵਰਤੋਂ ਕਿਹੜੇ ਕਿਹੜੇ ਕੰਮਾਂ ਲਈ ਕੀਤੀ ਜਾਂਦੀ? ਲਾਸਟ ਕੁਸ਼ਚਨ। ਯੈਸ ਬੇਟੇ, ਬੀ ਕੁਇਕ, ਫਿਰ ਆਪਾਂ ਥੋੜ੍ਹੇ ਜਿਹੇ ਮੁਹਾਵਰੇ ਸਟਾਰਟ ਕਰਦੇ ਹਾਂ। ਯੈਸ ਬੱਚੇ ਬੋਲੋ, ਕੌਣ ਬੋਲੇਗਾ ਆਂਸਰ? ਇੰਜਲ ਨੇ ਤਾਂ ਆਂਸਰ ਬੋਲਿਆ ਬੇਟੇ, ਐਨੀ ਅਦਰ ਸਟੂਡੈਂਟ? ਯੈਸ ਬੱਚੇ, ਟਰਾਈ ਕਰੋ ਲਾਸਟ ਕੁਸ਼ਚਨ। ਪਰਲ, ਵੈਰੀ ਗੁੱਡ। ਹਾਂ ਬੱਚੇ, ਪਰਲ ਬੋਲੋ ਆਂਸਰ। ਇਸ ਉੱਚੇ ਬੁਰਜ ਤੋਂ ਟੈਲੀਵਿਜ਼ਨ ਕੰਪਨੀਆਂ ਆਪਣਾ ਆਪਣਾ ਪ੍ਰੋਗਰਾਮ ਪ੍ਰਸਾਰਿਤ ਕਰਦੀਆਂ ਹਨ। ਵੈਰੀ ਗੁੱਡ। ਇਸ ਵਿੱਚ ਸੈਂਟਰਲ ਦਫ਼ਤਰ ਹਨ ਜਿਨ੍ਹਾਂ ਵਿੱਚ ਹਜ਼ਾਰਾਂ ਆਦਮੀਆਂ ਕੰਮ ਕਰਦੇ ਹਨ। ਯੈਸ, ਇਸ ਇਸ ਵਿੱਚ ਬਹੁਤ ਸਾਰੇ ਦਫ਼ਤਰ ਵੀ ਹਨ। ਯੈਸ, ਇਹ ਜੋ ਇਮਾਰਤ ਐਮਪਾਇਰ ਸਟੇਟ ਬਿਲਡਿੰਗ ਦੀ ਇਮਾਰਤ ਹੈ, ਜੋ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਹੈ, ਇਸ ਵਿੱਚ ਸੈਂਕੜੇ ਦਫ਼ਤਰ ਨੇ, ਹਜ਼ਾਰਾਂ ਲੋਕ ਇੱਥੇ ਕੰਮ ਕਰਦੇ ਨੇ, ਆਦਮੀ ਕੰਮ ਕਰਦੇ ਨੇ। ਇੱਥੇ 60,000 ਟਨ ਫੁਲਾਦ ਖਰਚ ਹੋਇਆ ਹੈ। ਇੱਥੇ ਦੀਆਂ 1,000 ਖਿੜਕੀਆਂ ਨੂੰ ਮਜ਼ਦੂਰ ਦਿਨ ਰਾਤ ਸਾਫ਼ ਕਰਦੇ ਨੇ, ਇਹ ਕੰਮ ਹੀ ਹੈ ਨਾ। ਇੱਥੇ 200 ਔਰਤਾਂ ਕਮਰਿਆਂ ਨੂੰ ਰੋਜ਼ ਸਾਫ਼ ਕਰਦੀਆਂ ਨੇ। ਇਸ ਦੀ ਤਸਵੀਰ ਦੇ ਲੱਖਾਂ ਕਾਰਡ ਹੁਣ ਤੱਕ ਵੀ ਵਿਕ ਚੁੱਕੇ ਨੇ। ਇਹ ਤੋਂ ਕੰਮ ਲਿਆ, ਕਿਹੜਾ ਕੰਮ ਲਿਆ? ਲੱਖਾਂ ਕਾਰਡ ਹੁਣ ਤੱਕ ਵਿਕ ਚੁੱਕੇ ਨੇ। ਇੱਥੇ ਕਈ ਫਿਲਮਾਂ ਨੂੰ ਦਿਖਾਇਆ ਜਾ ਚੁੱਕਾ, ਕਈ ਫਿਲਮਾਂ ਵਿੱਚ ਇਸਨੂੰ ਦਿਖਾਇਆ ਜਾ ਚੁੱਕਾ, ਇਹ ਵੀ ਕੰਮ ਲਿਆ ਗਿਆ। ਇੱਥੇ ਵੱਡੇ ਵੱਡੇ ਲੀਡਰ, ਫਿਲਮ ਸਟਾਰ, ਦੁਨੀਆਂ ਦੇ ਮਹਾਨ ਚਿੱਤਰਕਾਰ, ਵਿਦਵਾਨ ਇੱਥੇ ਆ ਕੇ ਧਰਤੀ ਨੂੰ ਦੀ ਝਾਤ ਪਾ ਚੁੱਕੇ ਨੇ। ਤੇ ਇੱਕ ਲਾਸਟ ਵਨ ਹੈ ਕਿ ਇੱਥੇ ਟੈਲੀਵਿਜ਼ਨ ਕੰਪਨੀਆਂ ਜਿਹੜੀਆਂ ਨੇ ਇੱਥੇ ਸਿਖਰ ਤੇ ਪਹੁੰਚ ਕੇ ਆਪਣੇ ਪ੍ਰੋਗਰਾਮ ਪ੍ਰਸਾਰਿਤ ਕਰਦੀਆਂ ਨੇ, ਜਿਨ੍ਹਾਂ ਨੂੰ 4 ਰਿਆਸਤਾਂ ਦੇ 52 ਲੱਖ ਦਰਸ਼ਕ ਦੇਖਦੇ ਨੇ। ਕਲੀਅਰ ਹੈ? ਇਹ ਤੁਸੀਂ ਕੁਸ਼ਚਨ ਦੇ ਆਂਸਰ ਤੁਸੀਂ ਸਮਝ ਕੇ ਆਪਣੀ ਨੋਟਬੁੱਕ ਤੇ ਕਰਨੇ ਨੇ, ਔਰ ਪਹਿਲੇ 1 ਮਾਰਕ ਕੁਸ਼ਚਨ ਤੁਸੀਂ 20 ਲਿਖਣੇ ਹੈ। ਠੀਕ ਹੈ, ਇਸ ਚੈਪਟਰ ਦੇ 20 ਕੁਸ਼ਚਨ ਬਣ ਜਾਣੇ। ਠੀਕ ਹੈ ਬੱਚੇ, ਔਰ ਕਲਾਸ 'ਚ ਟਾਈਮਲੀ ਜੁਆਇਨ ਕਰਿਆ ਕਰੋ, ਔਰ ਆਪਣਾ ਕੰਮ ਸਾਈਡ ਬਾਏ ਸਾਈਡ ਕੰਪਲੀਟ ਕਰਕੇ ਬੇਟੇ ਨੋਟਬੁੱਕ ਸਬਮਿਟ ਕਰਵਾਇਆ ਕਰੋ। ਠੀਕ ਹੈ ਬੱਚੇ, ਔਰ ਟੈਸਟ ਵੀ ਨਾਲ ਨਾਲ ਪ੍ਰਿਪੇਅਰ ਕਰਨੇ ਹਨ। ਕਲੀਅਰ ਹੈ ਬੇਟੇ? ਹੁਣ ਆਪਾਂ ਗੱਲ ਕਰੀਏ ਜਿਹੜੇ ਮੁਹਾਵਰੇ ਕਰਨੇ ਹਨ ਨਾ। ਯੈਸ ਬੱਚੇ, ਮੁਹਾਵਰੇ ਦਾ ਪੇਜ ਆਪਾਂ ਕਰਨਾ ਹੈ, ਆਪਾਂ ਪਹਿਲਾਂ ਆਲਰੇਡੀ 150 ਪੇਜ ਤੱਕ ਕੀਤਾ, ਆਪਾਂ ਹੁਣ 2 ਪੇਜਿਸ ਕਰਨੇ ਨੇ, 151 ਪੇਜ, 152 ਤੇ 40 ਤੱਕ। ਮੀਨ ਤੁਹਾਡੇ ਮੁਹਾਵਰੇ ਨੇ 140 ਤੱਕ ਕਰਨੇ ਨੇ। ਜਿਹੜਾ 152 ਪੇਜ ਹੈ ਨਾ, ਉੱਥੇ 140 ਤੱਕ ਕਰਨੇ, ਉਹ ਤੁਸੀਂ ਨੋਟ ਕਰ ਲਓ। ਪੂਰਾ ਪੇਜ 152 ਨਹੀਂ ਕਰਨਾ, ਉਹ ਆਪਾਂ ਕੱਲ੍ਹ ਦੀ ਕਲਾਸ ਵਿੱਚ ਮੁਹਾਵਰੇ ਅੱਛੀ ਤਰ੍ਹਾਂ ਕਰਾਂਗੇ ਰਿਵਾਈਜ਼। ਠੀਕ ਹੈ ਬੇਟੇ, ਕਲੀਅਰ ਹੈ ਬੱਚੇ? ਥੈਂਕ ਯੂ।